ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਵੈਲਕਮ ਆ ਤੁਹਾਡੇ ਆਪਣੇ ਚੈਨਲ ਏਕਾ ਮਹਿਰਾ 'ਚ। ਦੋਸਤੋ, ਅੱਜ ਦੀ ਜੋ ਵੀਡੀਓ ਹੈਗੀ ਆ ਆਪਣੇ ਫੋਨ 'ਤੇ ਆ, ਠੀਕ ਆ। ਫੋਨ ਆਪਣਾ ਗਰਮ ਹੋ ਜਾਂਦਾ ਵਾ ਅਤੇ ਔਰ ਹੈਂਗ ਹੋ ਜਾਂਦਾ ਜਾਂ ਸਲੋ ਹੋ ਜਾਂਦਾ ਨਾ, ਇਹਦੇ ਕਾਰਨ। ਅਤੇ ਇਹਨਾਂ ਦੇ ਕਾਰਨ ਹੁੰਦੇ ਆ, ਕਈ ਹੁੰਦੇ ਆ, ਪਰ ਇਹਦੇ ਲਈ ਇੱਕ ਐਪਲੀਕੇਸ਼ਨ ਹੈਗੀ ਆ ਦੋਸਤੋ। ਤਾਂ ਇਹ ਜ਼ਿਆਦਾ ਕੋਈ ਵੱਡੀ ਐਪਲੀਕੇਸ਼ਨ ਨਹੀਂ ਹੈਗੀ, ਸਿਰਫ 2 MB ਦੀ ਹੈਗੀ ਆ, ਠੀਕ ਆ। ਇਸ ਨੂੰ ਆਪਣੇ ਫੋਨ ਵਿੱਚ ਡਾਊਨਲੋਡ ਕਰ ਲੈਣਾ ਅਤੇ ਤੁਹਾਡਾ ਫੋਨ ਵਧੀਆ ਵਰਕਿੰਗ ਕਰੇਗਾ, ਠੀਕ ਆ। ਮੈਂ ਇਹ ਨਹੀਂ ਕਹਿੰਦਾ ਕਿ 100 ਤੋਂ 100% ਤੁਹਾਡਾ ਫੋਨ ਸਹੀ ਹੋ ਜਾਏਗਾ, ਇਹ ਇੰਨਾ ਮੈਂ ਕਹਿੰਦਾ 100 ਚੋਂ ਯਾਨੀ ਕਿ 60 ਜਾਂ 70% ਤੁਹਾਡਾ ਫੋਨ ਸਹੀ ਹੋਏਗਾ, ਠੀਕ ਆ, ਵਧੀਆ ਚੱਲੇਗਾ, ਠੀਕ ਆ, ਵਰਕਿੰਗ ਕਰੇਗੀ ਐਪਲੀਕੇਸ਼ਨ। ਤਾਂ ਦੋਸਤੋ, ਇਹਨਾਂ ਤੋਂ ਇਲਾਵਾ ਇੱਕ ਹੋਰ ਤੁਹਾਨੂੰ ਸੈਟਿੰਗ ਕਰਨੀ ਪੈਣੀ ਤੁਹਾਡੇ ਆਪਣੇ ਹੀ ਫੋਨ ਵਿੱਚ, ਉਹ ਤੁਹਾਨੂੰ ਮੈਂ ਲਾਸਟ ਵਿੱਚ ਦੱਸਾਂਗਾ। ਤਾਂ ਸਭ ਤੋਂ ਪਹਿਲਾਂ ਆਪਾਂ ਆਪਣੀ ਐਪਲੀਕੇਸ਼ਨ ਵੱਲ ਵੱਧਦੇ ਹਾਂ, ਠੀਕ ਆ। ਅਤੇ ਐਪਲੀਕੇਸ਼ਨ ਦਾ ਲਿੰਕ ਤੁਹਾਨੂੰ ਵੀਡੀਓ ਦੇ ਥੱਲੇ ਮਿਲ ਜਾਏਗਾ, ਠੀਕ ਆ ਦੋਸਤੋ। ਤਾਂ ਐਪਲੀਕੇਸ਼ਨ ਹੈਗੀ ਆ, ਤਾਂ ਇਸ ਨੂੰ ਐਪਲੀਕੇਸ਼ਨ ਓਪਨ ਕਰਦੇ ਸਰ ਥੋੜ੍ਹਾ ਐਂਟਰ ਇਹਦਾ ਇੱਦਾਂ ਦਾ ਹੋ ਜਾਂਦਾ ਵਾ, ਐਂਟਰ ਫੇਸਡ, ਸੋਰੀ, ਇੱਦਾਂ ਦਾ। ਤਾਂ ਆਪਾਂ ਥੱਲੇ ਰੈੱਡ ਵਾਲੇ 'ਤੇ ਨਹੀਂ ਕਰਨਾ ਹੈਗਾ, ਤਾਂ ਥੱਲੇ ਜੋ ਲਿਖਿਆ ਹੋਇਆ ਨੋ ਥੈਂਕਸ ਯੂ, ਇੱਥੇ ਕਲਿੱਕ ਕਰ ਦੇਣਾ, ਠੀਕ ਆ। ਅਤੇ ਐਪਲੀਕੇਸ਼ਨ ਅਲਾਓ ਮੰਗਦੀ ਆ, ਅਲਾਓ ਕਰ ਦੇਣਾ, ਕੋਈ ਪ੍ਰੋਬਲਮ ਦੀ ਗੱਲ ਨਹੀਂ ਹੁੰਦੀ ਗੀ, ਠੀਕ ਆ। ਤਾਂ ਦੋਸਤੋ, ਤੁਸੀਂ ਦੇਖ ਰਹੇ ਹੋ ਤਾਂ ਇੱਥੇ ਜੋ ਲਿਖਿਆ ਹੋਇਆ ਨਾ ਕਲੀਨ ਕਲੀਨ 'ਤੇ ਆਪਾਂ ਓਕੇ ਕਰਨਾ, ਠੀਕ ਆ। ਤਾਂ ਵਰਕਿੰਗ ਹੋ ਰਹੀ ਆ, ਲਿਖਿਆ ਆ ਰਿਹਾ ਵਰਕਿੰਗ, ਠੀਕ ਆ। ਸ਼ਾਇਦ ਤੁਹਾਡੇ ਫੋਨ 'ਤੇ ਜਾਂ ਲੋਡਿੰਗ ਵਗੈਰਾ ਲਿਖਿਆ ਆ ਸਕਦਾ ਜਾਂ ਵਰਕਿੰਗ, ਠੀਕ ਆ। ਤਾਂ ਤੁਸੀਂ ਦੋਸਤੋ ਦੇਖ ਰਹੇ ਕਿੰਨਾ ਸਾਰਾ ਇਹ ਕਚਰਾ ਵਾ ਫੋਨ ਦੇ ਵਿੱਚ ਹੀ ਭਰਿਆ ਹੋਇਆ, ਠੀਕ ਹੈ, ਜੋ ਕਿ ਆਪਾਂ ਨੂੰ ਪਤਾ ਨਹੀਂ ਲੱਗਦਾ ਗਾ। ਜਿੱਦਾਂ ਕਿ ਆਪਾਂ ਕੋਈ ਵੀ ਵੀਡੀਓ ਡਾਊਨਲੋਡ ਕਰਦੇ ਹਾਂ, ਹੈ ਨਾ, ਜਾਂ ਐਪਲੀਕੇਸ਼ਨ ਡਾਊਨਲੋਡ ਕਰਦੇ ਹਾਂ, ਤਾਂ ਉਹਦੀ ਕਾਪੀ ਬਣ ਕੇ ਇੱਕ ਨਾ ਬੈਕਗਰਾਊਂਡ 'ਤੇ ਘੁੰਮਦੀ ਰਹਿੰਦੀ, ਜੋ ਕਿ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਆਪਣੇ ਫੋਨ ਦੇ ਵਿੱਚ ਇਹ ਕੁਛ ਹੈਗਾ। ਜੇ ਮੰਨ ਲਓ ਆਪਾਂ ਕੋਈ ਵੀਡੀਓ ਵੀ ਡਿਲੀਟ ਕਰ ਦਿੱਤੀ ਜਾਂ ਐਪਲੀਕੇਸ਼ਨ ਡਾਊਨਲੋਡ ਕਰਤੀ ਆ, ਪਰ ਉਹਦਾ ਮਗਰ ਜਿਹੜਾ ਬੈਕਗਰਾਊਂਡ ਆ ਨਾ, ਉਹ ਇੱਥੇ ਰਹਿੰਦਾ, ਠੀਕ ਆ, ਬੈਕ ਸਾਈਡ 'ਤੇ ਰਹਿੰਦਾ, ਉੱਥੇ ਆਪਾਂ ਨੂੰ ਕਦੇ ਵੀ ਕੁਛ ਪਤਾ ਨਹੀਂ ਲੱਗਦਾ ਗਾ। ਤਾਂ ਦੋਸਤੋ, ਇਸ ਨੂੰ ਆਪਾਂ ਡਿਲੀਟ ਕਰ ਦੇਣਾ ਵਾ, ਠੀਕ ਆ। ਇਹਨੂੰ ਆਪਾਂ ਇੱਕ ਕਚਰਾ ਹੀ ਸਮਝ ਸਕਦੇ ਹਾਂ, ਠੀਕ ਆ। ਉੱਪਰ ਆ ਰਿਹਾ ਵਾ, ਲਿਖਿਆ ਰਿਹਾ ਕਲੀਨਰ, ਓਕੇ, ਕਲੀਨ 'ਤੇ ਓਕੇ ਕਰ ਦੇਣਾ, ਠੀਕ ਆ। ਅਤੇ ਸਭ ਕੁਛ ਕਲੀਨ ਹੋ ਗਿਆ ਜੋ ਵੀ ਕਚਰਾ ਹੈਗਾ ਸੀਗਾ। ਤਾਂ ਦੋਸਤੋ, ਇਸ ਨੂੰ ਤੁਸੀਂ 1 ਹਫ਼ਤੇ ਦੇ ਵਿੱਚ 1 ਜਾਂ 2 ਵਾਰੀ ਇੱਦਾਂ ਕਰਦੇ ਰਹਿਣਾ, ਠੀਕ ਆ, ਅਤੇ ਤੁਹਾਡਾ ਫੋਨ ਥੋੜ੍ਹਾ ਜਿਹਾ ਬਿਹਤਰ ਵਧੀਆ ਚੱਲੇਗਾ, ਠੀਕ ਆ, ਅੱਗੇ ਨਾਲੋਂ ਤੁਹਾਨੂੰ ਫਾਸਟ ਵੀ ਹੋ ਜਾਏਗਾ। ਤੁਸੀਂ ਇਹ ਨਹੀਂ ਸੋਚਣਾ ਕਿ ਇਹਦੇ ਨਾਲ ਤੁਹਾਡਾ ਕੋਈ ਵੀ ਫੋਟੋ ਐਪਲੀਕੇਸ਼ਨ ਜਾਂ ਕੁਛ ਵੀ ਡਿਲੀਟ ਹੋ ਜਾਏਗਾ, ਕੁਛ ਨਹੀਂ ਹੋਏਗਾ ਦੋਸਤੋ। ਸਿਰਫ ਤੁਹਾਡਾ ਜੋ ਵੀ ਕਚਰਾ ਹੈਗਾ ਨਾ ਬੈਕਗਰਾਊਂਡ ਵਿੱਚ, ਐਪਲੀਕੇਸ਼ਨ ਜਾਣੀ ਕਿ ਕਾਪੀ ਬਣ ਕੇ ਘੁੰਮਦੀਆਂ ਰਹਿੰਦੀਆਂ ਵਾ, ਉਹ ਹੀ ਡਿਲੀਟ ਹੋਣਗੀਆਂ, ਹੋਰ ਕੁਛ ਨਹੀਂ ਹੋਏਗਾ, ਠੀਕ। ਇਸ ਲਾਲ ਬਟਨ ਦਬਾ ਕੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਨਾਲ ਲੱਗੇ ਬੈਲ ਆਈਕੋਨ ਨੂੰ ਵੀ ਦਬਾ ਦਿਓ, ਤਾਂ ਕਿ ਵੀਡੀਓ ਅਪਲੋਡ ਹੁੰਦੇ ਸਭ ਤੋਂ ਪਹਿਲਾਂ ਸੂਚਨਾ ਤੁਹਾਨੂੰ ਮਿਲ ਜਾਵੇ। ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਵਾਂ, ਕਈ ਵਾਰ ਤੁਹਾਡਾ ਡਾਟਾ ਖਤਮ ਹੋ ਜਾਂਦਾ ਵਾ, ਤੁਸੀਂ ਯੂਜ਼ ਵੀ ਨਹੀਂ ਕਰਦੇ, ਫਿਰ ਵੀ ਉਹਨੂੰ ਦੇਖਦੇ ਹਾਂ ਕਿ ਯਾਰ ਮੇਰਾ ਜੇ ਯਾਰ ਨੈੱਟ ਕਿੱਦਾਂ ਇੰਨੀ ਜਲਦੀ ਖਤਮ ਹੋ ਗਿਆ, ਅੱਜ ਤਾਂ ਮੈਂ ਕੁਛ ਨੈੱਟ ਦਾ ਕੁਛ ਦੇਖਿਆ ਵੀ ਨਹੀਂ ਹੈਗਾ, ਠੀਕ ਆ। ਤਾਂ ਉਹ ਕਿਉਂ ਇੰਨੀ ਜਲਦੀ ਖਤਮ ਹੋ ਜਾਂਦਾ ਵਾ, ਉਹ ਵੀ ਮੈਂ ਤੁਹਾਨੂੰ ਦੱਸ ਦੇਣਾ, ਠੀਕ ਆ। ਤਾਂ ਆਪਾਂ ਆਪਣੇ ਪਲੇ ਸਟੋਰ ਵੱਲ ਜਾਣਾ, ਠੀਕ ਆ, ਪਲੇ ਸਟੋਰ ਨੂੰ ਓਪਨ ਕਰਨਾ ਵਾ, ਇਹਦਾ ਇਹ ਫਾਇਦਾ ਹੋਊਗਾ, ਨਾਲੇ ਤੁਹਾਡਾ ਆਪਣਾ ਜਦੋਂ ਵੀ ਤੁਸੀਂ ਨੈੱਟ ਚਲਾਓਗੇ ਤੁਹਾਡਾ ਨੈੱਟ ਵੀ ਫਾਸਟ ਚੱਲੇਗਾ, ਠੀਕ ਆ। ਤਾਂ ਸਭ ਤੋਂ ਪਹਿਲਾਂ ਆਪਾਂ ਆ ਜਾਣਾ ਆਪਣੇ ਉੱਪਰ ਦਿਖਾਉਣਾ 3 ਲਾਈਨ 'ਚ, ਠੀਕ ਆ, ਇਹਨੂੰ ਕਲਿੱਕ ਕਰਨਾ, ਠੀਕ ਆ। ਤਾਂ ਥੱਲੇ ਆ ਗਏ ਸੈਟਿੰਗ, ਸੈਟਿੰਗ ਵਿੱਚ ਜਾਣਾ, ਠੀਕ ਆ। ਤਾਂ ਨੰਬਰ 3 'ਤੇ ਆ ਰਹੀ ਆ, ਇੱਕ ਆਪਸ਼ਨ ਆ ਰਹੀ ਆ ਆਟੋ ਅਪਡੇਟ ਐਪਸ, ਓਕੇ, ਆਪਾਂ ਇਹਨੂੰ ਓਕੇ ਕਰਨਾ ਵਾ, ਠੀਕ ਆ। ਹੁਣ 3 ਤਰ੍ਹਾਂ ਦੇ ਲਿਖੇ ਆ ਰਹੇ ਨਾ, ਓਵਰ ਐਨੀ ਨੈਟਵਰਕ, ਓਵਰ ਵਾਈਫਾਈ ਓਨਲੀ, ਡੋ ਨੋਟ ਆਟੋ ਅਪਡੇਟਸ ਐਪਸ, ਓਕੇ। ਤੁਹਾਡਾ ਦੋਸਤੋ ਜਿੱਦਾਂ ਕਿ ਨੰਬਰ 1 ਅਤੇ ਨੰਬਰ 2 'ਤੇ ਹੀ ਕਲਿੱਕ ਹੋਏਗਾ, ਮੈਨੂੰ ਇੰਨਾ ਪਤਾ ਹੈਗਾ ਵਾ। ਤੁਸੀਂ ਜੇ ਮੰਨ ਲਓ ਤੁਹਾਡਾ ਇੱਥੇ ਵਾਈਫਾਈ ਵਾ, ਵਾਈਫਾਈ 'ਤੇ ਆ, ਜਾਂ ਤੁਹਾਡਾ ਤੁਹਾਡਾ ਆਪਣਾ ਡਾਟਾ ਵਾ ਨਾ ਫੋਨ ਦਾ, ਉੱਥੇ ਜਾਣਾ, ਤਾਂ ਫਿਰ ਇ੦ਾਂ ਦਾ ਹੋਏਗਾ ਓਵਰ ਐਨੀ ਨੈਟਵਰਕ, ਓਕੇ। ਤੁਸੀਂ ਨੰਬਰ 3 'ਤੇ ਡੋ ਨੋਟ ਆਟੋ ਅਪਡੇਟਸ ਦੇ ਓਕੇ ਕਰ ਦੇਣਾ, ਠੀਕ ਆ, ਡਨ ਕਰ ਦੇਣਾ। ਇਹਦਾ ਇਹ ਫਾਇਦਾ ਹੋਏਗਾ ਕਿ ਤੁਹਾਡਾ ਹੁਣ ਕੋਈ ਵੀ ਐਪਲੀਕੇਸ਼ਨ ਅਪਡੇਟ ਆਏਗੀ ਨਵੀਂ, ਉਹ ਆਪਣੇ ਆਪ ਐਟੋਮੈਟਿਕ ਡਾਊਨਲੋਡ ਨਹੀਂ ਹੋਏਗੀ, ਜਿੰਨਾ ਕਿ ਤੁਸੀਂ ਆਪ ਖੁਦ ਨਾ ਕਰੋਗੇ, ਠੀਕ ਆ। ਜ਼ਿਆਦਾ ਅਪਡੇਟ ਤਾਂ ਕਰਨੀ ਹੁੰਦੀ ਹੈ ਯਾਰ, ਜਿੱਦਾਂ ਕਿ ਆਪਣੀ ਫੇਸਬੁੱਕ ਹੋ ਗਈ ਜਾਂ ਮੇਨ ਹੋ ਗਈ ਵਟਸਐਪ, ਠੀਕ ਆ, ਉਹ ਤਾਂ ਆਮ ਲੋਕਾਂ ਨੂੰ ਆਪਾਂ ਨੂੰ ਪਤਾ ਹੋਇਆ ਕਿ ਆਪਾਂ ਅਪਡੇਟ ਕਰਨੀ ਆ ਜਾ ਕੇ ਆਪਣੇ ਪਲੇ ਸਟੋਰ ਦੇ ਅੰਦਰ ਜਾ ਕੇ ਵਟਸਐਪ ਨੂੰ, ਠੀਕ ਆ ਦੋਸਤੋ। ਤਾਂ ਦੋਸਤੋ, ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਗੀ ਆ। ਤਾਂ ਪਲੀਜ਼ ਦੋਸਤੋ, ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ, ਠੀਕ ਆ, ਔਰ ਥੈਂਕ ਯੂ ਸੋ ਮਚ ਤੁਹਾਡਾ ਟਾਈਮ, ਔਰ ਓਕੇ, ਬਾਏ, ਟੇਕ ਕੇਅਰ।